ਵਿਗਿਆਨ ਅਤੇ ਸੱਭਿਆਚਾਰ ਦਾ ਆਪਸ ਵਿੱਚ ਬਹੁਤ ਵਧੀਆ ਸੁਮੇਲ ਹੈ। ਸਾਡਾ ਸਮਾਜ ਕੁਝ ਅਜਿਹੀਆਂ ਧਾਰਨਾਵਾਂ ਅਤੇ ਅਜਿਹੇ ਨਿਯਮਾਂ 'ਤੇ ਚੱਲਦਾ ਹੈ ਜਿਨ੍ਹਾਂ ਨੂੰ ਵਿਗਿਆਨ ਦਾ ਨਾਮ ਦਿੱਤਾ ਗਿਆ ਹੈ, ਪਰੰਤੂ ਫਿਰ ਵੀ ਜਿਹੜੇ ਕੰਮ ਅਸੀਂ ਰੋਜ਼ ਕਰਦੇ ਹਾਂ ਉਹਨਾਂ ਦੀ ਕਾਮਯਾਬੀ ਵਿਗਿਆਨ ਦੇ ਨਿਯਮਾਂ ਦੇ ਲਾਗੂ ਹੋਣ 'ਤੇ ਹੀ ਹੁੰਦੀ ਹੈ। ਪਰ ਸੱਭਿਆਚਾਰ ਦੇ ਵਿੱਚ, ਕਿਉਂਕਿ ਸੱਭਿਆਚਾਰ ਪੀੜ੍ਹੀ ਦਰ ਪੀੜ੍ਹੀ ਸਾਡੇ ਪੁਰਖਿਆਂ ਤੋਂ ਸਾਨੂੰ ਮਿਲਦਾ ਹੈ, ਇਸ ਵਿੱਚ ਕੁਝ ਗੈਰ ਵਿਗਿਆਨਕ ਧਾਰਨਾਵਾਂ ਅੱਜ ਵੀ ਪ੍ਰਚਲਿਤ ਹਨ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ, ਸਾਡੇ ਸੱਭਿਆਚਾਰ ਵਿੱਚ ਜਿੱਥੇ ਕਿਤੇ ਵੀ ਗੈਰ ਵਿਗਿਆਨਕ ਧਾਰਨਾਵਾਂ ਚੱਲ ਰਹੀਆਂ ਨੇ ਅਸੀਂ ਉਹਨਾਂ ਬਾਰੇ ਚਰਚਾ ਕਰਿਆ ਕਰਾਂਗੇ। ਹੁਣ ਮਈ ਦਾ ਮਹੀਨਾ ਹੈ, ਗਰਮੀ ਸ਼ੁਰੂ ਹੋ ਗਈ ਹੈ, ਕੱਦੂ ਆਦਿ ਦੀ ਵੇਲਾਂ ਲੱਗੀਆਂ ਹੋਈਆਂ ਨੇ, ਤੋਰੀਆਂ ਦੀ ਫਸਲ ਆ ਰਹੀ ਹੈ, ਪਰੰਤੂ ਸੁਣਨ ਵਿੱਚ ਆਇਆ ਕਿ ਕੱਦੂ ਦੇ ਕੁਝ ਫੁੱਲਾਂ ਨੂੰ ਕੱਦੂ ਨਹੀਂ ਲੱਗਦੇ ਅਤੇ ਉਹਨਾਂ ਨੂੰ ਝੂਠੇ ਫੁੱਲ ਕਿਹਾ ਜਾਂਦਾ। ਫਿਰ ਲੋਕਾਂ 'ਚ ਇਹ ਧਾਰਨਾ ਵੀ ਹੈ ਕਿ ਇਹਨਾਂ ਫੁੱਲਾਂ ਨੂੰ ਧੂਫ ਦੇਣ ਦੇ ਨਾਲ ਕੱਦੂ ਲੱਗਣ ਲੱਗ ਜਾਂਦੇ ਹਨ। ਸੋ ਅੱਜ ਅਸੀਂ ਇਹੋ ਜਿਹੇ ਨਿੱਕੇ ਜਿਹੇ ਇੱਕ ਮੁੱਦੇ ਨੂੰ ਲੈ ਕੇ ਚੱਲਾਂਗੇ ਕਿ ਕੀ ਕੱਦੂ ਦੇ ਝੂਠੇ ਫੁੱਲਾਂ ਨੂੰ ਸੱਚਮੁੱਚ ਧੂਫ ਦੇਣ ਨਾਲ ਕੱਦੂ ਲੱਗ ਜਾਂਦੇ ਹਨ। ਹਾਂ, ਇਸ ਲਈ ਸਾਨੂੰ ਸਾਰੇ ਕਾਸੇ ਲਈ ਸਮਝਣ ਦੇ ਲਈ ਸਾਨੂੰ ਖੇਤ ਵਿੱਚ ਹੀ ਜਾਣਾ ਪਵੇਗਾ, ਜਿਸ ਨੂੰ ਵਿਗਿਆਨ ਵਿੱਚ ਫੀਲਡ ਸਟੱਡੀ ਕਿਹਾ ਜਾਂਦਾ ਹੈ, ਖੇਤਰੀ ਸਟੱਡੀ ਕਿਹਾ ਜਾਂਦਾ ਹੈ। ਸੋ ਆਓ ਚੱਲਦੇ ਹਾਂ ਆਪਾਂ ਆਪਣੇ ਖੇਤਾਂ ਵੱਲ। ਹਾਂਜੀ, ਅਸੀਂ ਅੱਜ ਖੇਤਰੀ ਸਟੱਡੀ ਵਾਸਤੇ ਪਹੁੰਚੇ ਹੋਏ ਹਾਂ, ਜਿਸ ਨੂੰ ਫੀਲਡ ਸਟੱਡੀ ਵੀ ਕਿਹਾ ਜਾਂਦਾ ਹੈ। ਸੋ ਇਹ ਖੇਤਰੀ ਸਟੱਡੀ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਮੇਲ ਅਤੇ ਫੀਮੇਲ ਫਲਾਵਰ ਕਿਹੋ ਜਿਹੇ ਹੁੰਦੇ ਨੇ। ਆਮ ਤੌਰ 'ਤੇ ਕੱਦੂ ਦੇ ਝੂਠੇ ਫੁੱਲਾਂ ਨੂੰ ਕਹਿੰਦੇ ਕਿ ਝੂਠੇ ਫੁੱਲ ਨੇ, ਝੂਠੇ ਨਹੀਂ, ਅਸਲ 'ਚ ਉਹ ਮੇਲ ਫਲਾਵਰ ਹੁੰਦੇ ਨੇ, ਨਰ ਫਲਾਵਰ ਹੁੰਦੇ ਨੇ। ਇਹ ਨਰ ਫਲਾਵਰ ਹੈ, ਇਹਦੇ ਥੱਲੇ ਕੱਪ ਹੈ, ਅਤੇ ਆਹ ਜਿਹੜਾ ਹੈ ਮਾਦਾ ਫਲਾਵਰ ਹੈ, ਇਹਦੇ ਥੱਲੇ ਪੂਰਾ ਪੂਰਾ ਇੱਕ ਛੋਟਾ ਜਿਹਾ ਕੱਦੂ ਨਜ਼ਰ ਆਊਗਾ, ਅਤੇ ਇਸ ਨੂੰ ਅਸੀਂ ਕੱਦੂ ਨਜ਼ਰ ਆਊਗਾ ਅਤੇ ਆਹ ਫੁੱਲ ਹੈਗਾ ਉੱਤੇ, ਅਤੇ ਇਹਦੇ ਵਿੱਚ ਜੇਕਰ ਅਸੀਂ ਫੁੱਲ ਨੂੰ ਖੋਲ੍ਹ ਕੇ ਦੇਖਾਂਗੇ ਤਾਂ ਇਸ ਦੇ ਵਿੱਚ ਇਹ ਮਾਦਾ ਭਾਗ ਹੋਊਗਾ, ਪਰੰਤੂ ਜਦੋਂ ਅਸੀਂ ਇਸ ਨੂੰ ਖੋਲ੍ਹ ਕੇ ਦੇਖਾਂਗੇ ਤਾਂ ਇਸ ਦੇ ਵਿੱਚ ਸਿਰਫ ਨਰ ਭਾਗ ਹੋਏਗਾ, ਨਰ ਭਾਗ ਦੋਨਾਂ 'ਚ ਫਰਕ ਹੋਏਗਾ। ਸੋ ਇਸ ਤੋਂ ਕੱਦੂ ਕਦੀ ਨਹੀਂ ਬਣੇਗਾ, ਇਸ ਤੋਂ ਕੱਦੂ ਕਦੀ ਨਹੀਂ ਬਣੇਗਾ। ਅਤੇ ਪਰ ਇਸ ਨੂੰ ਆਪਾਂ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਕੀ ਕਹਿੰਦੇ ਨੇ, ਝੂਠੇ ਫੁੱਲ, ਝੂਠੇ ਫੁੱਲ ਨਹੀਂ ਹੁੰਦੇ। ਲੋਕ ਇਸ ਨੂੰ ਧੂਫ ਬੱਤੀ ਵੀ ਕਰਦੇ ਨੇ, ਧੂਫ ਬੱਤੀ ਕਰਨ ਦਾ ਕੋਈ ਫਾਇਦਾ ਨਹੀਂ ਹੈ, ਸਿਰਫ ਮਾਦਾ ਨੂੰ ਹੀ ਫਲ ਲੱਗੇਗਾ, ਕੱਦੂ ਲੱਗੇਗਾ, ਅਤੇ ਇਸ ਨੂੰ ਨਰ ਨੂੰ ਕੋਈ ਨਹੀਂ ਲੱਗੇਗਾ, ਜਿੰਨੀ ਮਰਜ਼ੀ ਧੂਫ ਕਰ ਲਓ, ਜਿੰਨੀ ਮਰਜ਼ੀ ਨਾ ਕਰ ਲਓ। ਸੋ ਇਸ ਬੇਲ ਦੇ ਵਿੱਚ ਜੇ ਅਸੀਂ ਅੱਗੇ ਜਾ ਕੇ ਦੇਖਾਂਗੇ, ਅੱਗੇ ਫਿਰ ਇੱਕ ਨਰ ਲੱਗ ਰਿਹਾ ਅਤੇ ਫਿਰ ਇੱਕ ਮਾਦਾ ਲੱਗ ਰਿਹਾ। ਸੋ ਇਸ ਕਰਕੇ ਇਹ ਨਰ ਅਤੇ ਮਾਦਾ ਅਲੱਗ ਅਲੱਗ ਹੁੰਦੇ ਨੇ। ਇਸ ਜੇਕਰ ਅਸੀਂ ਬੇਲ ਦਾ ਆਹ ਹਿੱਸਾ ਦੇਖੀਏ, ਇਹ ਵੀ ਨਰ ਹੈ ਅਤੇ ਇਹ ਵੀ ਨਰ ਹੈ। ਸੋ ਨਰ ਫੁੱਲਾਂ ਦੀ ਗਿਣਤੀ ਹਮੇਸ਼ਾ ਜ਼ਿਆਦਾ ਹੁੰਦੀ ਹੈ ਅਤੇ ਮਾਦਾ ਫੁੱਲਾਂ ਦੀ ਗਿਣਤੀ ਹਮੇਸ਼ਾ ਘੱਟ ਹੁੰਦੀ ਹੈ, ਅਤੇ ਇਹ ਵੀ ਇੱਕ ਮਾਦਾ ਫੁੱਲ ਹੈ ਜਿਸ ਦੇ ਵਿੱਚ ਥੱਲੇ ਇੱਕ ਓਵਰੀ ਹੈ। ਅਤੇ ਇਹ ਹੁਣ ਅਸੀਂ ਇਸ ਨੂੰ ਸਾਰੇ ਨੂੰ ਦੇਖਦੇ ਹੋਏ, ਸਮਝਦੇ ਹੋਏ ਕਿ ਕੁਝ ਇਹੋ ਜਿਹੇ ਸਾਡੇ ਕਲਚਰ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਕੁਝ ਗੈਰ ਸਾਇੰਟੀਫਿਕ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਨਹੀਂ ਪਤਾ ਉਹ ਚੱਲਦੀਆਂ ਰਹਿੰਦੀਆਂ ਨੇ। ਸੋ ਅਸੀਂ ਇੱਥੇ ਇਹੀ ਕਲੀਅਰ ਕਰਨ ਜਾ ਰਹੇ ਹਾਂ ਕਿ ਝੂਠਾ ਫੁੱਲ ਕੋਈ ਨਹੀਂ ਹੁੰਦਾ, ਇਹ ਨਰ ਫੁੱਲ ਹੁੰਦਾ ਹੈ। ਅੱਛਾ ਦੋਸਤੋ, ਹਾਂ ਬਸ ਸਾਡਾ ਪੂਰਾ ਮਕਸਦ ਇਹੀ ਹੈ ਕਿ ਸਾਡੇ ਕਲਚਰ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਕੁਝ ਗੈਰ ਵਿਗਿਆਨਕ ਜਿਹੜੀਆਂ ਗੱਲਾਂ ਹੈਗੀਆਂ ਨੇ ਅਤੇ ਜਿਹੜੀਆਂ ਕਿ ਸਾਨੂੰ ਨਹੀਂ ਪਤਾ, ਅਸੀਂ ਉਹਨਾਂ ਦੀ ਕਲੈਰੀਫਿਕੇਸ਼ਨ ਵਾਸਤੇ ਹੀ ਇਹ ਚੈਨਲ ਸ਼ੁਰੂ ਕੀਤਾ ਹੈ। ਅਤੇ ਅਸੀਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਿਹਾ ਕਰਾਂਗੇ। ਬਾਕੀ ਤੁਸੀਂ ਸਾਡੇ ਵਟਸਐਪ ਨੰਬਰ 'ਤੇ ਵੀ ਪੁੱਛ ਸਕਦੇ ਹੋ ਅਤੇ ਅਸੀਂ ਉਹੋ ਜਿਹੇ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਪੇਸ਼ ਕਰਦੇ ਰਿਹਾ ਕਰਾਂਗੇ। ਸਾਡਾ ਵਟਸਐਪ ਨੰਬਰ ਜੋ ਹੈ ਉਹ ਹੈਗਾ 9463489789। ਓਕੇ ਦੋਸਤੋ, ਆਲ ਦਾ ਬੈਸਟ।